ਪੰਜਾਬ ਅੰਦਰ ਸ਼੍ਰੋਮਣੀ ਅਕਾਲੀ ਦਲ ਨੇ ਕਈ ਵਾਰ ਸਰਕਾਰ ਬਣਾਈ ਲੇਕਿਨ ਜਥੇਦਾਰ ਗੁਰਚਰਨ ਸਿੰਘ ਟੋੜਾ ਕਦੀ ਵੀ ਮੁੱਖ ਮੰਤਰੀ ਨਹੀਂ ਬਣੇ ਚਾਹੇ ਉਹਨਾਂ ਦਾ ਕਦ ਪ੍ਰਕਾਸ਼ ਸਿੰਘ ਬਾਦਲ ਹੋਣਾ ਦੇ ਬਰਾਬਰ ਸੀ ਤੇ ਕੀ ਕਦੀ ਇਹ ਵੀ ਸਮਾਂ ਆਇਆ ਸੀ ਕਿ ਦੇਸ਼ ਦੀ ਮਰਹੂਮ ਪ੍ਰਧਾਨ ਮੰਤਰੀ ਸ਼੍ਰੀਮਤੀ ਇੰਦਰਾ ਗਾਂਧੀ ਵੀ ਜਥੇਦਾਰ ਗੁਰਚਰਨ ਸਿੰਘ ਟੋੜਾ ਨੂੰ ਪੰਜਾਬ ਦਾ ਮੁੱਖ ਮੰਤਰੀ ਵੇਖਣਾ ਚਾਹੁੰਦੇ ਸਨ ਤੇ ਕੀ ਸੂਬੇ ਅੰਦਰ ਜਥੇਦਾਰ ਟੋੜਾ ਕਦੀ ਵੀ ਮੁੱਖ ਮੰਤਰੀ ਨਹੀਂ ਬਣੇ ਉਹਨਾਂ ਨੂੰ ਮਲਾਲ ਰਿਆ ਜਾਂ ਉਹਨਾਂ ਦੀ ਚਾਹਤ ਸੀ ਅੱਜ ਅਸੀਂ ਗੱਲ ਕਰਾਂਗੇ ਜਥੇਦਾਰ ਗੁਰਚੰਦ ਸਿੰਘ ਟੋੜਾ ਹੋਣਾਂ ਦੀ ਸਿਆਸੀ ਕਿਸੇ ਦੇ ਨਵੇਂ ਐਪੀਸੋਡ ਦੇ ਵਿੱਚ ਸਾਰਿਆਂ ਨੂੰ ਪਤਾ ਕਿ ਜਥੇਦਾਰ ਗੁਰਚੰਦ ਸਿੰਘ ਟੋੜਾ ਪੰਜਾਬ ਦੀ ਸਿਆਸਤ ਦੇ ਸਿੱਖ ਸਿਆਸਤ ਦੇ ਵੱਡੇ ਚਿਹਰੇ ਸਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉਹ ਕਈ ਵਾਰ ਪ੍ਰਧਾਨ ਬਣੇ ਇੱਕ ਅਕਾਲੀ ਦਲ ਦੇ ਨਹੀਂ ਪੰਜਾਬ ਦੇ ਨਹੀਂ ਦੇਸ਼ ਦੇ ਵੱਡੇ ਲੀਡਰਾਂ ਵਿੱਚੋਂ ਇੱਕ ਨਾਮ ਸੀ ਜਥੇਦਾਰ ਗੁਰਚੰਦ ਸਿੰਘ ਟੋੜਾ ਦਾ ਗੁਰਚੰਦ ਸਿੰਘ ਟੋੜਾ ਹੋਣੀ ਆਖਿਰ ਕਿਉਂ ਨਹੀਂ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਤਰਫੋਂ ਸੂਬੇ ਦੇ ਮੁੱਖ ਮੰਤਰੀ ਬਣੇ ਕੀ ਵਜ੍ਹਾ ਰਹੀ ਕੀ ਕਾਰਨ ਰਹੀਂ ਤੇ ਕੀ ਕਿਹੜਾ ਅਜਿਹਾ ਵੇਲਾ ਆਇਆ ਸੀ ਜਦ ਉਹਨਾਂ ਦੇ ਨਾਮ ਤੇ ਗੁਣਾ ਪੈਣ ਵਾਲਾ ਸੀ ਮੁੱਖ ਮੰਤਰੀ ਦਾ ਲੇਕਿਨ ਅਜਹੀ ਅਕਾਲੀ ਦਲ ਦੇ ਵਿੱਚ ਅੰਦਰੂਨੀ ਸਿਆਸਤ ਹੋਈ ਕਿ ਉਹਨਾਂ ਦਾ ਸੁਪਨਾ ਬਾਅਚ ਕਦੀ ਵੀ ਪੂਰਾ ਨਹੀਂ ਹੋਇਆ ਕਦੇ ਕਾਂਗਰਸ ਪਾਰਟੀ ਨੇ ਜਿਹੜੀ ਸੈਂਟਰ ਦੇ ਵਿੱਚ ਲਗਾਤਾਰ ਰਾਜ ਕਰ ਰਹੀ ਸੀ ਸ਼੍ਰੀਮਤੀ ਇੰਦਰਾ ਗਾਂਧੀ ਕਦੀ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਅਜਿਹੀ ਪੇਸ਼ਕਸ਼ ਕੀਤੀ ਸੀ ਕਿ ਤੁਸੀਂ ਪੰਜਾਬ ਦੇ ਵਿੱਚ ਰਾਜ ਕਰੋ ਸਾਨੂੰ ਸੈਂਟਰ ਦੇ ਵਿੱਚ ਰਾਜ ਕਰਨ ਦਿਓ ਤੁਸੀਂ ਪੰਜਾਬ ਦੇ ਵਿੱਚ ਆਪਣੇ ਐਮਐਲਏ ਬਣਾਓ ਸਾਨੂੰ ਪੰਜਾਬ ਤੋਂ ਲੋਕ ਸਭਾ ਮੈਂਬਰ ਦੇ ਦਿਓ ਤੇ ਕੀ ਅਜਿਹੀ ਵੀ ਕਦੀ ਆਫਰ ਦਿੱਤੀ ਸੀ ਜਾਂ ਉਹਨਾਂ ਨੂੰ ਇਹ ਉਹਨਾਂ ਦੀ ਖੁਆਇਸ਼ ਸੀ ਕਿ ਜੇ ਸ਼੍ਰੋਮਣੀ ਕਾਲੀ ਦਲ ਅਜਿਹਾ ਕੋਈ ਰਿਸ਼ਤਾ ਬਣ ਜਾਂਦਾ ਤਾਂ ਫਿਰ ਪੰਜਾਬ ਦੇ ਮੁੱਖ ਮੰਤਰੀ ਜਥੇਦਾਰ ਗੁਰਚਨ ਸਿੰਘ ਟੋੜਾ ਬਣਨ ਤੇ ਕੀ ਪੰਜਾਬ ਚ ਅਜਿਹਾ ਕਦੀ ਹੋਇਆ ਕਿ ਸ਼੍ਰੋਮਣੀ ਕਾਲੀ ਦਲ ਨੂੰ ਕਾਂਗਰਸ ਨੇ ਬਾਹਰ ਆ ਕੇ ਮਦਦ ਕੀਤੀ ਹੋਵੇ ਤੇ ਕੀ ਅਜਿਹਾ ਵੇਲਾ ਵੀ ਆਇਆ ਕਿ ਜਦੋਂ ਸ਼੍ਰੋਮਣੀ ਕਾਲੀ ਦਲ ਦੀ ਪਹਿਲੀ ਵਾਰ ਸਰਕਾਰ ਬਣੀ ਤੇ ਜਨਸੰਗ ਨੇ ਐਨ ਮੌਕੇ ਨਾਤਾ ਤੋੜ ਲਿਆ ਤਾਂ ਫਿਰ ਕਾਂਗਰਸ ਪਾਰਟੀ ਨੇ ਬਾਹਰ ਰਹਿ ਕੇ ਸ਼੍ਰੋਮਣੀ ਕਾਲੀ ਦਲ ਦੀ ਸਰਕਾਰ ਬਚਾਈ ਜਥੇਦਾਰ ਗੁਰਚਨ ਸਿੰਘ ਟੋੜਾ ਹੁਣਾਂ ਦੇ ਕਰੀਬੀ ਪੱਤਰਕਾਰਾਂ ਚੋਂ ਇੱਕ ਸੰ ਪੱਤਰਕਾਰ ਜਗਤਾਰ ਸਿੰਘ ਜਿਹੜੇ ਇੰਡੀਅਨ ਐਕਸਪ੍ਰੈਸ ਕਰਕੇ ਜਾਣੇ ਜਾਂਦੇ ਨੇ ਤੇ ਲੇਖਕ ਵੀ ਨੇ ਉਹਨਾਂ ਦਾ ਜਥੇਦਾਰ ਗੁਰਚਨ ਸਿੰਘ ਟੋੜਾ ਦੇ ਇੱਕ ਦੂਜੇ ਦੇ ਘਰ ਆਉਣਾ ਜਾਣਾ ਕਾਫੀ ਸੀ ਨਜ਼ਦੀਕੀਆਂ ਸੀ ਇਹ ਪੱਖ ਜਗਤਾਰ ਸਿੰਘ ਹੁਣਾਂ ਨੇ ਬਖੂਬੀ ਦੱਸਿਆ 900 ਪ੍ਰਧਾਨ ਬਣਦੇ ਆ ਕਿ 1972-73 ਦੇ ਵਿੱਚ ਐਸਜੀਪੀਸੀ ਦੇ ਜੀ ਤੇ 75 ਦੇ ਵਿੱਚ ਅਮਰਜੰਸੀ ਲੱਗਦੀ ਹੈ ਉਸ ਵੇਲੇ ਤੱਕ ਸਾ ਪ੍ਰਕਾਸ਼ ਸਿੰਘ ਬਾਦਲ ਇੱਕ ਵਾਰ ਸੀਆਂ ਬਹਿ ਚੁੱਕੇ ਸੀ ਇਸ ਕਰਕੇ ਇਹਨਾਂ ਦਾ ਸਟੇਟਸ ਵੀ ਬੱਝ ਚੁੱਕਿਆ ਸੀ ਸੋ ਇੱਕ ਟ੍ਰਾਇਓ ਸੀ ਕਾਲੀ ਦਲ ਦੇ ਵਿੱਚ ਐਸਜੀਪੀਸੀ ਦਾ ਪ੍ਰਧਾਨ ਕਾਲੀ ਦਲ ਦਾ ਪ੍ਰਧਾਨ ਤੇ ਫਾਰਮਰ ਸੀਐਮ ਪਾਵਰ ਬੈਲੈਂਸ ਇਸ ਤਰ੍ਹਾਂ ਉਸ ਵੇਲੇ ਚੱਲਦਾ ਸੀ ਮੋਰਜੈਂਸੀ ਜਦੋਂ ਲੱਗੀ ਤੇ ਉਹਨਾਂ ਦੇ ਨਾਲ ਵਿੱਚ ਮੈਂ ਸੀ ਗਾਂਧੀ ਅਕਾਲੀ ਦਲ ਦੇ ਨਾਲ ਇੱਕ ਸਿਚੁਏਸ਼ਨ ਇੱਕ ਅਰੇਂਜਮੈਂਟ ਐਕਸਪਲੋਰ ਕਰ ਰਹੀ ਸੀਗੀ ਉਹ ਸੀ ਕਿ ਤੁਸੀਂ ਲੋਕ ਸਭਾ ਦੀਆਂ ਸੀਟਾਂ ਸਾਨੂੰ ਦੇ ਦਿਓ ਤੇ ਅਸੈਂਬਲੀ ਤੁਸੀਂ ਲਈ ਜੇ ਲੋਸੀਂ ਪਰਵਾਹੀ ਕਰਦੇ ਹੋ ਤੁਸੀਂ ਆਪਣੀ ਸਰਕਾਰ ਬਣਾਓ ਤੇ ਸਾਨੂੰ ਸਿਰਫ ਲੋਕ ਸਭਾ ਦੀਆਂ ਸੀਟਾਂ ਚਾਹੀਦੀਆਂ ਇਹ ਕੋ ਸੜਨ ਗੱਲ ਨਹੀਂ ਸੀ ਕਿਉਂਕਿ ਪਹਿਲਾਂ ਜੇ ਇਤਿਹਾਸ 'ਚ ਨਿਗਾਹ ਮਾਰੀਏ ਤੇ ਅਰੇਂਜਮੈਂਟ ਇਸ ਤਰ੍ਹਾਂ ਦੇ ਕਾਂਗਰਸ ਤੇ ਅਕਾਲੀ ਦਲ ਦੀ ਆਪਣੀ ਅਲਾਈਅੰਸ ਨਾਲ ਕੋ ਕੋਪਰੇਸ਼ਨ ਕੋਲਾਬੋਰੇਸ਼ਨ ਇਹ ਚੱਲਦੇ ਰਹੇ ਮਸਲਨ ਆ ਬਾਦਲ ਸਾਹਿਬ ਜਦੋਂ ਪਹਿਲੀ ਵਾਰ ਇਸੀਆਂ ਬਣੇ ਤੇ ਅਖੀਰਲੇ ਦਿਨਾਂ ਦੇ ਵਿੱਚ ਜਦੋਂ ਇਹਨਾਂ ਨੇ ਸਰਕਾਰ ਨੂੰ ਜਨਸਖ ਨੇ ਸਪੋਰਟ ਵਡਰਾ ਕੀਤੀ ਉਸ ਤੋਂ ਬਾਅਦ ਕਾਗਰਸ ਨੇ ਇਹਨਾਂ ਨੂੰ ਬਾਹਰ ਰਹਿ ਕੇ ਸਪੋਰਟ ਕੀਤੀ ਕੁਝ ਮਹੀਨੇ ਸਰਕਾਰ ਬਾਅਦ ਵਿੱਚ ਟੁੱਟਦੀ ਹੈ ਸੋ ਕਾਗਰਸ ਨੇ ਬਾਦਲ ਸਾਹਿਬ ਨੂੰ ਵੀ ਸਪੋਰਟ ਕੀਤਾ ਸੀ ਕਿਸੇ ਰੂਪ ਵਿੱਚ ਸੋ ਉਹਨਾਂ ਦੀ ਆਫਰ ਸੀਗੀ ਕਿ ਤੁਸੀਂ ਆ ਅਰੇਂਜਮੈਂਟ ਵਰਕ ਆਊਟ ਕਰ ਲਓ ਤੇ ਉਹਦੇ ਵਿੱਚ ਉਹਦੀ ਚੋਇਸ ਤੋੜਾ ਸਾਫ ਸੀਗੀ ਜੀ ਐਸੀ ਹੁਣ ਜਿਹੜੇ ਪਾਵਰ ਸਟਰਗਲ ਸੀ ਉਹਦੇ ਵਿੱਚ ਟੋੜਾ ਸਾਹਿਬ ਦੇ ਆਪੋਨੈਂਟ ਤਾਂ ਸਿੱਕੇ ਹੀ ਨੇਚਰਲੀ ਹੁੰਦਾ ਜਦੋਂ ਫਾਰਮਰ ਸੇਵਿਕ ਬੈਠਾ ਹੋਵੇ ਤੇ ਉਹ ਨਹੀਂ ਚਾਹੇਗਾ ਕਿ ਕਿਸੇ ਹੋਰ ਦਾ ਨੰਬਰ ਲੱਗੇ ਸੂਬੇ ਅੰਦਰ ਮੁੱਖ ਮੰਤਰੀ ਬੰਣਾ ਹਰ ਪੋਲਿਟਿਸ਼ੀਅਨ ਦਾ ਇੱਕ ਸੁਪਨਾ ਹੋ ਸਕਦਾ ਤੇ ਜਥੇਦਾਰ ਗੁਰਚੰਦ ਸਿੰਘ ਟੋੜਾ ਦਾ ਕਿਉਂ ਨਹੀਂ ਜਿਹੜੇ ਲਗਾਤਾਰ 25 ਸਾਲ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਹੇ ਤੇ ਫਿਰ 2 ਸਾਲ ਉਹ ਬਾਅਦ ਚ ਵੀ ਪ੍ਰਧਾਨ ਰਹੇ ਮਤਲਬ 27 ਸਾਲ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦਾ ਜਿਹੜਾ ਬੰਦਾ ਪ੍ਰਧਾਨ ਰਿਆ ਹੋਵੇ ਤੇ ਉਹਦਾ ਕਿਉਂ ਨਾ ਖੁਆਇਸ਼ ਹੋਵੇ, ਚਾਹਤ ਹੋਵੇ, ਤਮੰਨਾ ਹੋਵੇ ਕਿ ਉਹ ਵੀ ਸੂਬੇ ਦਾ ਮੁੱਖ ਮੰਤਰੀ ਬਣ ਸਕਦੇ ਨੇ। ਪਰ ਉਹ ਸਿਰਫ ਸ਼੍ਰੋਮਣੀ ਗੁਰਦਾਰ ਪ੍ਰਬੰਧਕ ਕਮੇਟੀ ਤੱਕ ਹੀ ਕਿਉਂ ਸੀਮਿਤ ਰਹੇ? ਉਹਨਾਂ ਦੀ ਚਾਹਤ ਜਾਂ ਖੁਆਇਸ਼ ਕਿਵੇਂ ਮਾਰੀ ਗਈ? ਜਾਂ ਮਲਾਲ ਸੀ ਉਹਨਾਂ ਨੂੰ? ਜਾਂ ਤੇ ਇਹ ਵੀ ਲੋਕ ਦੱਸਦੇ ਨੇ ਕਿ ਬਹੁਤੇ ਜਿਹੜੇ ਜਥੇਦਾਰ ਗੁਰਚੰਦ ਸਿੰਘ ਟੋੜਾ ਹੋਣਾਂ ਦੇ ਸਾਥੀ ਸਨ, ਉਹ ਉਹਨਾਂ ਨੂੰ ਹਾਸੇ-ਹਾਸੇ ਦੇ ਵਿੱਚ ਟੀਚਰ ਵੀ ਕਰ ਜਾਂਦੇ ਸੀ। ਜਾਂ ਮੀਣਾ ਵੀ ਮਾਰ ਜਾਂਦੇ ਸੀ ਕਿ ਜਥੇਦਾਰ ਜੀ ਤੁਹਾਨੂੰ ਤੇ ਪ੍ਰਕਾਸ਼ ਸਿੰਘ ਬਾਦਲ ਹੋਣਾ ਨੇ ਇੱਕ ਗਰੰਥੀ ਬਣਾ ਛੱਡਿਆ ਮਤਲਬ ਸ਼੍ਰੋਮਣੀ ਗੁਰਦਾਬ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਹੀ ਰਹਿਣ ਦਿੱਤਾ ਤੁਹਾਨੂੰ ਕਦੇ ਵਿਧਾਨ ਸਭਾ ਵੀ ਨਹੀਂ ਲੜਾਈ ਕਿ ਉਦੋਂ ਜਥੇਦਾਰ ਗੁਰਚੰਦ ਸਿੰਘ ਟੋੜਾ ਦਾ ਕਦ ਬੋਣਾ ਹੋ ਗਿਆ ਸੀ ਜਾਂ ਪ੍ਰਕਾਸ਼ ਸਿੰਘ ਬਾਦਲ ਤੋਂ ਉਹਨਾਂ ਦਾ ਕਦ ਛੋਟਾ ਹੋ ਗਿਆ ਸੀ ਜਦ ਉਹਨਾਂ ਨੇ ਆਪਣੇ ਸਾਥੀਆਂ ਵਾਸਤੇ ਕਦੀ ਵਿਦਾਂ ਸਭਾ ਦੇ ਵਿੱਚ ਸੀਟ ਨਹੀਂ ਮੰਗੀ ਆਪਣੇ ਜਵਾਈ ਹਰਮੇਲ ਸਿੰਘ ਟੋੜਾ ਹੋਣਾ ਲਈ ਸੀਟ ਮੰਗ ਕੇ ਉਹਨਾਂ ਨੇ ਆਪਣੇ ਆਪ ਨੂੰ ਛੋਟਾ ਕਰ ਲਿਆ ਇਹ ਸਵਾਲ ਤੁਹਾਡਾ ਬਹੁਤ ਇੰਟਰਸਟਿੰਗ ਹੈ ਉਸ ਬੰਦੇ ਦੀ ਖਾਸੀ ਮਲਾਲ ਨਹੀਂ ਖਾਸੀ ਮੁੱਖ ਮੰਤਰੀ ਬਣਦੇ ਹੁੰਦੀ ਹੈ ਜਿਹੜਾ ਬੰਦਾ ਵੱਡਾ ਲੀਡਰ ਹੋਵੇ ਹਰ ਇੱਕ ਦੀ ਹੁੰਦੀ ਹੈ ਲੇਕਿਨ ਗਲਤੀ ਇੱਕ ਕੀਤੀ ਉਹਨਾਂ ਨੇ ਕਦੇ ਅਸੈਂਬਲੀ ਦੇ ਇਲੈਕਸ਼ਨ ਹੀ ਨਹੀਂ ਲੜੀ ਲੋਕ ਸਭਾ ਅਲਰੇਡੀ ਇੱਕ ਸਿਚੁਏਸ਼ਨ ਦੇ ਵਿੱਚ 77 ਦੇ ਵਿੱਚ ਜਿਹੜਾ ਸਾਰੇ ਲੀਡਰ ਲੋਕ ਸਭਾ ਲੜੇ ਸੀਗੇ ਸਨੇ ਪ੍ਰਕਾਸ਼ ਸਿੰਘ ਬਾਦਲ ਤੇ ਉਹਨਾਂ ਨੇ ਵੀ ਲੜੀ ਸੀਗੀ ਲੇਕਿਨ ਅਸੈਂਬਲੀ 'ਚ ਨਹੀਂ ਆਏ ਤੇ ਉਹਨਾਂ ਨੂੰ ਫਿਰ ਕੁਝ ਉਹਨਾਂ ਦੇ ਸਾਥੀ ਹੱਸਿਆ ਕਰਦੇ ਸੀ ਵੀ ਤੁਹਾਨੂੰ ਸਾਰੀ ਵਾਰ ਬਾਦਲ ਸਾਹਿਬ ਨੇ ਗਰੰਤੀ ਬਣਾ ਕੇ ਰੱਖਿਆ ਐਸਪੀਟੀਆ ਪ੍ਰਧਾਨ ਇਹ ਇਸ ਗੱਲ 'ਚ ਰੰਦੇ ਸੀ ਵੀ ਚਲੋ ਮੈਂ ਅਸੀ ਪੀਸ ਦਾ ਪ੍ਰਧਾਨ ਐ ਉਹ ਬਾਬੇ ਦੀ ਇੱਕ ਵੱਡੀ ਗਲਤੀ ਸੀ ਜੇ ਇਸ ਪਾਸੇ ਆਏ ਹੁੰਦੇ ਫਿਰ ਸਿੱਧੀ ਇੱਕ ਪੈਰਲਲ ਲੀਡਰਸ਼ਿਪ ਲੈਜਿਸਲੇਟਿਵ ਪਲੈਟਫਾਰਮ ਤੇ ਬਰਾਬਰ ਖੜੀ ਹੁੰਦੀ ਐ ਆਦਰਵਾਇਜ਼ ਨਹੀਂ ਤੋਂ ਗਨੇ ਚੋੜੇ ਇਹਨਾਂ ਦੇ ਬੰਦੇ ਹੁੰਦੇ ਸੀ ਇਹਨਾਂ ਕੋਲੇ ਐਮਐਲਏ ਤੇ ਉਹਨਾਂ ਬਾਰੇ ਵੀ ਕਦੇ ਟਿਕਟ ਮੰਗ ਕੇ ਨਹੀਂ ਸੀ ਲਈ ਇਹਨਾਂ ਨੇ ਟਿਕਟ ਮੰਗ ਕੇ ਲਈ ਤਾਂ ਮਰਕਲ ਇੱਕ ਵਾਰੀ ਹਰਬੇਲ ਸਿੰਘ ਇਹਨਾਂ ਦਾ ਜੁਆਈ ਉਹੀ ਗਲਤੀ ਕੀਤੀ ਲਾਈਵ ਦੇ ਵਿੱਚ ਇਹਨਾਂ ਨੇ ਜਦੋਂ ਟਿਕਟ ਮੰਗ ਲਈ ਤੇ ਬਾਦਲ ਸਾਹਿਬ ਤੋਂ ਛੋਟੇ ਹੋ ਗਏ ਸੋ ਇਹੋ ਇਤਿਹਾਸ ਰਿਹਾ ਇਹਨਾਂ ਦਾ ਸਾਰਾ ਜਦ ਮਰਹੂਮ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਪੂਰੇ ਦੇਸ਼ ਦੇ ਵਿੱਚ ਐਮਰਜੈਂਸੀ ਲਾਗੂ ਕਰ ਦਿੱਤੀ ਗਈ ਸੀ ਤਾਂ ਸਿਰਫ ਦੇਸ਼ ਅੰਦਰ ਸ਼੍ਰੋਮਣੀ ਅਕਾਲੀ ਦਲ ਨੇ ਹੀ ਉਸ ਦਾ ਵਿਰੋਧ ਕੀਤਾ ਸੀ ਹਾਲਾਂਕਿ ਉਸ ਸਮੇਂ ਜਨ ਸੰਗ ਆਰਐਸਐਸ ਬਾਕੀ ਬਹੁਤ ਸਾਰੀਆਂ ਜਿਹੜੀਆਂ ਪਾਰਟੀਆਂ ਉਹ ਮਰਹੂਮ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਅੱਗੇ ਗੋਡੇ ਟੇਕ ਚੁੱਕੀਆਂ ਸੀ। ਅਗਰ ਸ਼੍ਰੋਮਣੀ ਅਕਾਲੀ ਦਲ ਵੀ ਐਮਰਜੈਂਸੀ ਦੇ ਖਿਲਾਫ ਮੋਰਚਾ ਨਾ ਲਾਉਂਦੇ ਤਾਂ ਹੋ ਸਕਦਾ ਸੀ ਕਿ ਜਥੇਦਾਰ ਗੁਰਚੰਦ ਸਿੰਘ ਟੋੜਾ ਮੁੱਖ ਮੰਤਰੀ ਬਣ ਜਾਂਦੇ। ਲੇਕਿਨ ਸ਼੍ਰੋਮਣੀ ਅਕਾਲੀ ਦਲ ਨੇ ਕੀ ਮੋਰਚਾ ਲਗਾ ਕੇ ਸਾਰੀ ਜ਼ਿੰਦਗੀ ਵਾਸਤੇ ਆਪਣੀ ਗੱਲ ਮੁਸੀਬਤ ਪਾ ਲਈ ਜਿਹਦਾ ਅੱਜ ਤੱਕ ਪੰਜਾਬ ਨਤੀਜੇ ਭੁਗਤ ਰਿਹਾ। ਤੇ ਕੀ ਜੇ ਉਸ ਸਮੇਂ ਜਥੇਦਾਰ ਗੁਰਚਨ ਸਿੰਘ ਟੋੜਾ ਪੰਜਾਬ ਦੇ ਮੁੱਖ ਮੰਤਰੀ ਬਣ ਜਾਂਦੇ ਤੇ ਕੀ ਪ੍ਰਕਾਸ਼ ਸਿੰਘ ਬਾਦਲ ਬਾਅਦ ਚ ਕਦੀ ਮੁੱਖ ਮੰਤਰੀ ਬਣ ਸਕਦੇ ਸੀ ਜਾਂ ਫਿਰ ਪੰਜਾਬ ਦੀ ਤਸਵੀਰ ਹੀ ਕੁਝ ਹੋਰ ਹੁੰਦੀ ਤੇ ਉਹਨਾਂ ਦਿਨਾਂ 'ਚ ਐਮਰਜੈਂਸੀ ਲੱਗ ਗਈ ਤੇ ਜਿੱਦ ਦੇ ਲੱਗੇ ਕਿਤੇ ਬਾਈਚਾਂਸ ਸਵੇਰੇ ਟੋੜਾ ਸਾਹਿਬ ਕਿਤੇ ਭੰਡਾਰੇ ਬ੍ਰਿਜ ਕ੍ਰਾਸ ਕਰ ਰਹੇ ਸੀਗੇ ਤੇ ਉਹਨਾਂ ਦਿਨਾਂ ਦੇ ਵਿੱਚ ਇੱਕ ਪੀਨ ਸ਼ਰਮਾ ਪੀਟੀਆਈ ਦੇ ਸਟ੍ਰਿੰਗਰ ਹੋਇਆ ਕਰਦੇ ਸੀ ਉਹਨਾਂ ਦਾ ਘਰ ਵੀ ਨੇੜੇ ਸੀ ਪੰਡਾਰੇ ਬਰੇਜ ਦੇ ਤੇ ਉਹ ਖੜੇ ਸੀ ਉੱਥੇ ਪੰਡਾਰੇ ਬਰੇਜ ਤੇ ਤੇ ਆਮ ਉੱਥੇ ਲੋਕ ਮਿਲ ਬੁੱਲ ਜਾਂਦੇ ਸੀਗੇ ਤੇ ਗੱਡੀ ਬਾਬੇ ਦੀ ਆਈ ਤੇ ਬਾਬਾ ਰੋਗੇ ਉਹਨਾਂ ਕੋਲੇ ਵੀ ਉੱਥੋਂ ਪਤਾ ਲੱਗਾ ਵੀ ਐਮਰਜੈਂਸੀ ਲੱਗ ਗਈ ਦਫ਼ਤਰ ਆ ਗਏ ਪਤਾ ਪੁੱਤਾ ਕੀਤਾ ਸਾਰਾ ਕੱਲ ਚੱਲਦੀ ਰੇਕ ਨੇ ਵੀ ਚਲੋ ਪਾਰਟੀ ਦੀ ਮੀਟਿੰਗ ਬੁਲਾ ਲਓ ਤੇ ਇਹ ਐਮਰਜੈਂਸੀ ਮੋਰਚਾ ਲਾਉਣ ਦੇ ਹੱਕ ਦੇ ਵਿੱਚ ਖੁਦ ਨਹੀਂ ਸੀ ਪ੍ਰੋਡੂਸਰ ਨਹੀਂ ਸੀ ਤੇ ਸਮੱਸਿਆ ਇਹ ਸੀ ਵਿੱਚੋਂ ਜਿਹੜੇ ਲਾਉਣ ਦਾ ਪ੍ਰੈਸ਼ਰ ਇਹਨਾਂ ਦਾ ਕੋਈ ਬੰਦਾ ਫੜਿਆ ਹੀ ਨਹੀਂ ਸੀਗਾ ਕਾਲੇ ਦਲ ਦਾ ਜੀ ਉਦੋਂ ਤੱਕ ਤੇ ਜਿਹੜੇ ਕੁਝ ਕਰਤਾਰੀਆਂ ਹੋ ਜਾਂ ਸੀ ਉਹ ਲੈਫਟ ਦੇ ਲੀਡਰ ਸੀਗੇ ਜਿਹੜੇ ਫੜੇ ਗਏ ਸੀਗੇ ਮਸਲਮ ਪ੍ਰੇਮ ਸਿੰਘ ਚਦੋਂ ਬਾਜਰਾ ਇਹ ਉਦੋਂ ਪੰਜਾਬ ਸਟੂਡੈਂਟ ਯੂਨੀਅਨ ਦਾ ਲੀਡਰ ਸੀ ਉਹ ਸਰਕੇ ਫੜਿਆ ਗਿਆ ਸੀ ਅਕਾਲੇ ਕੋਈ ਨਹੀਂ ਫੜਿਆ ਗਿਆ ਸੋ ਉਸ ਵੇਲੇ ਤੱਕ ਇਹਨਾਂ ਨੂੰ ਕੋਈ ਮਜਬੂਰੀ ਨਹੀਂ ਸੀ ਇਹਨਾਂ ਦੀ ਕਿ ਇਹ ਮੋਰਚਾ ਲਾਉਣ ਰਦਰ ਕਿਸੇ ਪਾਰਟੀ ਨੇ ਵੀ ਐਜੀਟੇਸ਼ਨ ਸ਼ੁਰੂ ਨਹੀਂ ਸੀ ਕੀਤੀ ਹਾਂ ਇਹ ਜਨ ਸੰਗਲ ਦੇ ਆਰਐਸ ਵਾਲੇ ਬੰਦੇ ਫੜੇ ਜਾ ਰਹੇ ਸੀ ਬਾਕੀ ਪਾਰਟੀਆਂ ਦੇ ਬੰਦੇ ਫੜੇ ਗਏ ਸੀ ਸੋ ਜਿਹੜੀ ਇਹਨਾਂ ਦੀ ਇੰਟਰਨਲ ਚੱਲ ਰਹੀ ਸੀ ਫੈਕਸ਼ਨਲ ਫਾਈਟ ਉਹਦੇ ਵਿੱਚੋਂ ਅਲਟੀਮੇਟਲੀ ਇਹ ਮੋਰਚਾ ਲੱਗਿਆ ਕਿ ਬਹੁਤ ਸਾਰੇ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਜਥੇਦਾਰ ਗੁਰਚੰਦ ਸਿੰਘ ਟੋੜਾ ਉਹਨਾਂ ਨੂੰ ਕਾਂਗਰਸ ਦੇ ਏਜੰਟ ਇਸ ਕਰਕੇ ਕਹਿੰਦੇ ਸੀ ਕਿ ਇੰਦਰਾ ਗਾਂਧੀ ਉਹਨਾਂ ਨੂੰ ਮੁੱਖ ਮੰਤਰੀ ਦੇਖਣਾ ਚਾਹੁੰਦੇ ਸੀ ਔਰ ਜਿਸ ਦਿਨ ਦੱਸਦੇ ਨਹੀਂ ਕਿ ਦੇਸ਼ ਅੰਦਰ ਐਮਰਜੈਂਸੀ ਲੱਗੀ ਉਸ ਦਿਨ ਜਥੇਦਾਰ ਗੁਰਚੰਦ ਸਿੰਘ ਟੋੜਾ ਅੰਮ੍ਰਿਤਸਰ ਵਿੱਚ ਸਨ ਜਿੱਥੋਂ ਇੱਕ ਨਿਊਜ਼ ਏਜੰਸੀ ਦੇ ਪੱਤਰਕਾਰ ਵੱਲੋਂ ਉਹਨਾਂ ਨੂੰ ਦੱਸਿਆ ਗਿਆ ਕਿ ਦੇਸ਼ ਅੰਦਰ ਐਮਰਜੈਂਸੀ ਲਾਗੂ ਹੋ ਚੁੱਕੀ ਹੈ ਜਗਤਾਰ ਸਿੰਘ ਹੁਣ ਇਹ ਵੀ ਦੱਸ ਦੇ ਨੇ ਕਿ ਜਥੇਦਾਰ ਗੁਰਚੰਦ ਸਿੰਘ ਟੋੜਾ ਹੁਣੀ ਇਹ ਨਹੀਂ ਚਾਹੁੰਦੇ ਸੀ ਕਿ ਐਮਰਜੈਂਸੀ ਦੇ ਖਿਲਾਫ ਮੋਰਚਾ ਲੱਗੇ ਲੇਕਿਨ ਸ਼੍ਰੋਮਣੀ ਕਾਲੀ ਦਲ ਦਾ ਇੱਕ ਧੜਾ ਮੋਰਚਾ ਲਗਾਉਣਾ ਚਾਹੁੰਦੇ ਸੀ ਕਿਉਂਕਿ ਸ਼੍ਰੋਮਣੀ ਕਾਲੀ ਦਲ ਦੇ ਵਿੱਚ ਵੀ ਅੰਦਰੂਨੀ ਸਿਆਸੀ ਲੜਾਈ ਸੀ ਇਸ ਕਰਕੇ ਇੱਕ ਧੜਾ ਚਾਹੁੰਦਾ ਸੀ ਕਿ ਐਮਰਜੈਂਸੀ ਦੇ ਖਿਲਾਫ ਸੰਘਰਸ਼ ਵਿੱਢਿਆ ਜਾਵੇ ਇੱਕ ਧੜਾ ਚਾਹੁੰਦਾ ਕਿ ਨਾ ਸੰਘਰਸ਼ ਵਿੱਢਿਆ ਜਾਵੇ ਲੇਕਿਨ ਜਿਹੜੇ ਚਾਹੁੰਦੇ ਉਹਨਾਂ ਦੀ ਗਵਾਈ ਪ੍ਰਕਾਸ਼ ਸਿੰਘ ਬਾਦਲ ਹੋਣੀ ਕਰ ਰਹੇ ਸਨ ਤੇ ਫਿਰ ਐਮਰਜੈਂਸੀ ਦੇ ਖਿਲਾਫ ਮੋਰਚਾ ਲੱਗਿਆ ਤੇ ਜਿਹੜੇ ਪਹਿਲੇ 5 ਉਮੀਦਵਾਰਾਂ ਨੇ ਕਾਲੀ ਦਲ ਦੇ ਲੀਡਰਾਂ ਨੇ ਗ੍ਰਿਫਤਾਰੀਆਂ ਦਿੱਤੀਆਂ ਉਹਨਾਂ ਚ ਜਥੇਦਾਰ ਗੁਰਚਨ ਸਿੰਘ ਟੋੜਾ ਪ੍ਰਕਾਸ਼ ਸਿੰਘ ਬਾਦਲ ਜਗਦੀਪ ਸਿੰਘ ਤਲਵੰਡੀ ਤੇ ਬਸੰਤ ਸਿੰਘ ਖਾਲਸਾ ਸਨ ਖੁਦ ਹੀ ਟੋੜਾ ਸਾਹਿਬ ਕਿਸੇ ਵੇਲੇ ਸੁਣਾਉਂਦੇ ਹੁੰਦੇ ਸੀ ਕਦੇ ਵੀ ਮੇਰੇ ਤੇ ਸ਼ੱਕ ਕਰਦੇ ਸੀ ਕਿ ਮੈਂ ਮਸੇਂਗਾਂ ਦੇ ਨਾਲ ਮਿਲਿਆ ਹੋਇਆ ਹੈ ਸੋ ਉਸ ਕੋ ਪਲਚਨ ਦੇ ਵਿੱਚ ਇੱਕ ਐਜੀਟੇਸ਼ਨ ਖੜੀ ਹੋਊਗੀ ਜਾਂ ਕਹਿ ਲਓ ਕਿ ਅਕਾਲੀ ਦਲ ਨੇ ਉਹ ਐਜੀਟੇਸ਼ਨ ਆਪਣੇ ਗਾਲ ਹੀ ਪਾ ਲਈ ਜੀ ਸੋ ਜੇ ਅਰੇਂਜਮੈਂਟ ਉਸ ਵੇਲੇ ਇਹ ਵਰਕਆਊਟ ਹੋ ਜਾਂਦਾ ਕਾਂਗਰਸ ਤੇ ਅਕਾਲੀ ਦਲ ਦੀ ਕੋਆਪਰੇਸ਼ਨ ਤੇ ਸਹਿਰ ਪੰਜਾਬ ਦੀ ਕਿਸਮਤ ਹੋਰ ਹੋਣੀ ਸੀ ਪਰ ਉਰ ਚ ਬਾਦਲ ਸਾਹਿਬ ਮੁੱਖ ਮੰਤਰੀ ਨਹੀਂ ਸੀ ਬਣਦੇ ਸੋ ਇੰਨੇ ਗੱਲ ਵੱਡੀ ਵੀ ਹੈ ਛੋਟੀ ਨਹੀਂ ਹੈ ਇਹ ਹਰ ਬੰਦਾ ਕੋਸ਼ਿਸ਼ ਕਰਦਾ ਕਿ ਚਾਂਸ ਮੇਰਾ ਲੱਗੇ ਸੋ ਉਸ ਪ੍ਰੋਸੈਸ ਦੇ ਵਿੱਚ ਇੱਕ ਸਿਆਸਤ ਪੰਜਾਬ ਦੇ ਗਲ ਨਵੀ ਪੈ ਗਈ ਜਿਹੜੀ ਹੁਣ ਤੱਕ ਆਪਾਂ ਭੁਗਤ ਰਹੇ ਹਾਂ ਦੇਸ਼ 'ਚ ਐਮਰਜੈਂਸੀ ਲਾਗੂ ਹੋ ਗਈ ਪੰਜਾਬ 'ਚ ਲਾਗੂ ਨਹੀਂ ਹੋਈ ਸਿਆਸੀ ਤੌਰ ਤੇ ਕਾਲੀਦਲ ਨੇ ਡਟ ਕੇ ਮੁਕਾਬਲਾ ਕੀਤਾ ਤੇ ਬਹੁਤ ਸਾਰੇ ਕਾਲੀਦਲ ਦੇ ਲੀਡਰਾਂ ਨੇ ਕਈ ਮਹੀਨੇ ਜੇਲ੍ਹ ਕੱਟੀ ਹਾਲਾਂਕਿ ਐਮਰਜੈਂਸੀ ਦੌਰਾਨ ਕੋਈ ਵੀ ਕਾਲੀਦਲ ਦਾ ਲੀਡਰ ਨਹੀਂ ਫੜਿਆ ਗਿਆ ਸੀ ਤੇ ਨਾਈ ਸਰਕਾਰ ਫੜ ਰਹੀ ਸੀ ਜਾਂ ਖੱਬੀਆਂ ਧਿਰਾਂ ਦੇ ਲੋਕ ਫੜੇ ਗਏ ਸੀ ਜਾਂ ਜਨ ਸਿੰਘ ਵਾਲੇ ਤੇ ਬਹੁਤੇ ਜਿਹੜੇ ਨੇ ਉਹ ਕਈ ਲੁਕ ਵੀ ਗਏ ਸੀ ਜਦ ਦੇਸ਼ ਨੇ ਪਚਵੀਂ ਵਰੇ ਗੰਡ ਮਨਾਈ ਐਮਰਜੈਂਸੀ ਦੀ ਤੇ ਕਿਸੇ ਵੀ ਅਕਾਲੀ ਦਲ ਦਾ ਉਹਦੇ ਵਿੱਚ ਨਾਮ ਨਹੀਂ ਆਇਆ ਕਿ ਕਾਲੀ ਦਲ ਦੀ ਐਮਰਜੈਂਸੀ ਨੂੰ ਫੇਲ ਕਰਨ ਦੇ ਵਿੱਚ ਕਿੱਡਾ ਵੱਡਾ ਯੋਗਦਾਨ ਸੀ ਸਿਰਫ ਐਮਰਜੈਂਸੀ ਦੀ ਹੀ ਗੱਲ ਕਿਉਂ ਕੀਤੀ ਜਾਵੇ ਬਦਕਿਸਮਤੀ ਆ ਕਿ ਦੇਸ਼ ਦੇ ਵਿੱਚ ਸਭ ਤੋਂ ਵੱਧ ਕੁਰਬਾਨੀਆਂ ਦੇਣ ਵਾਲੇ ਸਿੱਖ ਪੰਜਾਬੀ ਉਹਨਾਂ ਨੂੰ ਦੇਸ਼ ਅੰਦਰ ਬੰਦਾ ਮਾਨ ਸਤਕਾਰ ਕਿਉਂ ਨਹੀਂ ਦਿੱਤਾ ਗਿਆ ਇਥੋਂ ਤੱਕ ਕਿ ਜਦੋਂ 5ਵੀਂ ਵਰੇਗੰਡ ਐਮਰਜੈਂਸੀ ਨੂੰ ਲੈ ਕੇ ਮਨਾਈ ਗਈ ਤੇ ਸ਼ਰੋਮਣੀ ਕਾਲੀ ਦਲ ਵੱਲੋਂ ਵੀ ਕੋਈ ਅਜੀਬ ਬਿਆਨਬਾਜ਼ੀ ਨਹੀਂ ਕੀਤੀ ਗਈ ਜੇ ਨਹੀਂ ਕੀਤੀ ਗਈ ਤੇ ਬਹੁਤ ਕੁਝ ਇਸ਼ਾਰੇ ਕਰ دیا۔ ਕਿਉਂ ਜਦੋਂ ਫੜੇ ਕੋਈ ਨਹੀਂ ਗਿਆ ਤੇ ਇਹਨਾਂ ਨੂੰ ਐਜਿਟੇਸ਼ਨ ਕਰਨ ਦੀ ਲੋੜ ਕੀ ਸੀ ਇੱਥੇ ਕੁਐਸਚਨ ਮਾਰਕ ਹੈ ਮੈਂ ਇਹਦਾ ਜਵਾਬ ਹੋਰ ਠੱਗ ਨਾਲ ਦੇਣਾ ਜੇ 25 ਸਾਲ ਜਦੋਂ ਐਮਰਜੈਂਸੀ ਦੇ ਹੋਏ ਐਨੀਵਰਸਰੀ 25th ਐਨੀਵਰਸਰੀ ਆਫ ਐਮਰਜੈਂਸੀ ਅਖਬਾਰਾਂ 'ਚ ਉਦੋਂ ਆਰਟੀਕਲ ਛਪੇ ਅ ਕਾਲੀਜ ਲੱਗਦਾ ਹੈ ਜਿਗਰ ਤੱਕ ਨਹੀਂ ਕਿ ਇਸ ਪਾਰਟੀ ਨੇ ਐਡੀ ਵੱਡੀ ਲੜਾਈ ਐਮਰਜੈਂਸੀ ਦੇ ਖਿਲਾਫ ਲੜੀ ਸੀ ਹਿੰਦੁਸਤਾਨ ਤੁਹਾਡੇ ਕੰਟਰੀਬਿਊਸ਼ਨ ਇਹ ਰੈਕਗਨਾਈਜ਼ ਨਹੀਂ ਕਰਦਾ। ਅੱਜ ਵੀ ਨਹੀਂ ਕਰਦਾ। ਬਾਕੀ ਸਾਰੀਆਂ ਪਾਰਟੀਆਂ ਦਾ ਜ਼ਿਕਰ ਆਉਂਦਾ ਹੈ। ਔਰ ਉਸ ਦਿਨ 25ਵੇਂ ਸਾਲ ਤੇ ਕਾਲੇ ਦਲ ਦੀ ਆਪਣੀ ਵੀ ਸਟੇਟਮੈਂਟ ਕੋਈ ਨਹੀਂ ਸੀ। ਬਾਕੀ ਛੱਡੋ ਤੁਸੀਂ। ਹੁਣ ਇੰਨੀਆਂ ਗ੍ਰਿਫਤਾਰੀਆਂ ਦਿੱਤੀਆਂ ਹੋਣ ਇਹ ਲੀਡਰ ਆਲਮੋਸਟ 17-18 ਮਹੀਨੇ ਜੇਲ੍ਹ ਦੇ ਵਿੱਚ ਰਹੇ ਸਾਰੇ ਟੌਪ। ਪਹਿਲੀ ਗ੍ਰਿਫਤਾਰੀ ਇਹਨਾਂ 5 ਲੀਡਰਾਂ ਨੇ ਇਕੱਠੇ ਦਿੱਤੀ ਸੀਗੀ। ਬਾਦਲ ਸਾਹਿਬ ਤੇ ਟੋਡਾ ਸਾਹਿਬ ਦਿਗਦੇਸ਼ ਸਿੰਘ ਤਲਵੰਡੀ ਬਸਾਸ ਸਿੰਘ ਖਾਨ ਸਾਹਿਬ ਇਹ ਪੰਜ ਜਣੇ ਸੀਗੇ ਸੋ ਐਡੀ ਵੱਡੀ ਲੜਾਈ ਲੜੀ ਹੋਵੇ ਤੇ ਮੁਲਕ ਤੁਹਾਨੂੰ ਰੈਕਗਨਾਈਜ਼ ਹੀ ਨਹੀਂ ਕਰਦਾ ਤੁਹਾਡੀ ਕੰਟ੍ਰਿਬਿਊਸ਼ਨ ਇਹਦਾ ਮਤਲਬ ਇਹ ਹੈ ਕਿ ਉਹ ਲੜਾਈ ਦੇ ਪਿੱਛੇ ਕੋਈ ਗੱਲ ਹੋਰ ਸੀਗੀ ਸੋ ਪਾਵਰ ਸਟਰਗਲ ਵਿਦਨ ਅਕਾਲੀ ਦਲ ਔਰ ਇਸ ਪਾਵਰ ਸਟਰਗਲ ਨੇ ਵੀ ਵਾਰ-ਵਾਰ ਅਕਾਲੀ ਦਲ ਨੂੰ ਖਾਸਾ ਪਿੱਛੇ ਖਿੱਚਿਆ ਚਾਹੇ ਜਥੇਦਾਰ ਗੁਰਚਰਨ ਸਿੰਘ ਟੋੜਾ ਪੰਜਾਬ ਦੇ ਮੁੱਖ ਮੰਤਰੀ ਨਹੀਂ ਬਣੇ ਲੇਕਿਨ ਉਹਨਾਂ ਦਾ ਜਿਹੜਾ ਕਦ ਦਾ ਉਹ ਦੇਸ਼ ਅੰਦਰ ਬਹੁਤ ਇੱਕ ਉੱਚਾ ਕਦ ਸੀ ਸੁੱਚਾ ਕਦ ਸੀ ਜਦ ਵੀ ਉਹਨਾਂ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਮਿਲਣਾ ਹੁੰਦਾ ਸੀ ਚਾਹੇ ਸੈਂਟਰ ਦੇ ਵਿੱਚ ਕਿਸੇ ਵੀ ਪਾਰਟੀ ਦੀ ਸਰਕਾਰ ਹੋਵੇ ਕੋਈ ਵੀ ਪ੍ਰਧਾਨ ਮੰਤਰੀ ਹੋਵੇ ਤੇ ਉਹਨਾਂ ਨੂੰ ਕਿਸੇ ਵਿਚੋਲੇ ਦੀ ਜ਼ਰੂਰਤ ਨਹੀਂ ਸੀ ਪੈਂਦੀ ਉਹਨਾਂ ਵੱਲੋਂ ਇੱਕ ਸਨੇਹਾ ਹੀ ਭੇਜਣਾ ਕਾਫੀ ਹੁੰਦਾ ਸੀ ਚਾਹੇ ਪਰਿਸ਼ਰੀ ਅਟਲ ਬਿਹਾਰੀ ਵਾਜਪਾਈ ਕਿਉਂ ਨਾ ਦੇਸ਼ ਦੇ ਪ੍ਰਧਾਨ ਮੰਤਰੀ ਹੋਣ ਚਾਹੇ ਫਿਰ ਮਰਹੂਮ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਹੀ ਕਿਉਂ ਨਾ ਹੋਣ ਹਰ ਇੱਕ ਨੂੰ ਖੁੱਲ ਕੇ ਮਿਲ ਲੈਂਦੇ ਸੀ ਪੰਜਾਬ ਦੇ ਸਿੱਖ ਕੌਮ ਦੇ ਮਸਲੇ ਦੱਸਦੇ ਸਨ ਗੁਰਚਰ ਸਿੰਘ ਟੋੜਾ ਐਸਜੀਪੀਸੀ ਦੇ ਉਹ ਪ੍ਰਧਾਨ ਸੀਗੇ ਜਿਨ੍ਹਾਂ ਦੇ ਐਕਸੈਸ ਹਮੇਸ਼ਾ ਹੀ ਕੇਂਦਰ ਸਰਕਾਰ ਨਾਲ ਬਣੇ ਰਹਿੰਦੇ ਸੀਗੇ ਜੇ ਉਹਨਾਂ ਨੇ ਪੀਐਮ ਨੂੰ ਵੀ ਮਿਲਣਾ ਤੇ ਉਹ ਸਿੱਧਾ ਕੰਟੈਕਟ ਉਹ ਉਹਨਾਂ ਦਾ ਹੋ ਜਾਂਦਾ ਸੀ ਜੀ ਕਿ세 ਹੋਰ ਨੂੰ ਵਿੱਚ ਪਾਉਣ ਦੀ ਲੋੜ ਨਹੀਂ ਚ ਪੈਂਦੀ ਸਰਕਾਰ ਕੋਈ ਹੋਵੇ ਨਾਰਮਲ ਹੀ ਤਾਂ ਰਹੇ ਸ਼ੁਰੂ ਦੇ ਵਿੱਚ ਮਿਸੇ ਗਾਂਦੇ ਸਾਰਾ ਜਦੋਂ ਵਾਜਪਾਈ ਜੀ ਆ ਗਏ ਉਹ ਸੀਨ ਭਾਜਪਾ ਦਾ ਸ਼ੁਰੂ ਹੋ ਗਿਆ ਉਹ ਪੀਰੀਅਡ ਵੀ ਸਾਰਾ ਉਹ ਇੰਟਰਸਟਿੰਗ ਫੇਜ਼ ਐ ਇਸ ਗੱਲੋਂ ਕਿ ਇਹਨਾਂ ਦੇ ਕੰਟੈਕਟ ਕਿਵੇਂ ਸੀ ਜਿਵੇਂ 13 ਦਿਨ ਦੀ ਸਰਕਾਰ ਸੀ ਵਾਜਪਾਈ ਦੀ ਉੱਥੇ ਇਹਨਾਂ ਨੇ ਕੀ ਕੁਝ ਕੰਮ ਕਰਾਇਆ ਉਹਨਾਂ ਤੋਂ ਇਹ ਵੱਖਰਾ ਅਸਪੈਕਟ ਐ ਕਿ ਸਾਰਾ ਉਮੀਦ ਕਰਦੇ ਆ ਕਿ ਤੁਹਾਨੂੰ ਸਾਡਾ ਇਹ ਵਿਸ਼ੇਸ਼ ਪ੍ਰੋਗਰਾਮ ਸਿਆਸੀ ਕਿੱਸੇ ਭਰਪੂਰ ਆਨੰਦ ਦੇ ਰਿਹਾ ਹੋਊਗਾ ਤੁਸੀਂ ਭਰਪੂਰ ਆਨੰਦ ਮਾਣ ਰਹੇ ਹੋਗੇ ਇਹ ਵੀ ਅਸੀਂ ਤੁਹਾਡੇ ਤੋਂ ਤਵਕਕੋ ਰੱਖਦੇ ਆ ਕਿ ਤੁਸੀਂ ਸਾਨੂੰ ਆਪਣੇ ਸੁਝਾਅ ਭੇਜੋ ਤੇ ਜੇ ਤੁਹਾਡੇ ਕੋਲ ਵੀ ਅਜਿਹੇ ਸਿਆਸੀ ਕਿੱਸਿਆਂ ਬਾਰੇ ਕੋਈ ਜਾਣਕਾਰੀ ਹੈ ਤੇ ਸਾਡੇ ਨਾਲ ਜ਼ਰੂਰ ਸਾਂਝੀ ਕਰੋ ਭਲਕੇ ਅਸੀਂ ਇੱਕ ਵਿਸ਼ੇਸ਼ ਕਿੱਸਾ ਲੈ ਕੇ ਆਵਾਂਗੇ ਕਿ ਆਖਰ ਦੋ ਕਾਲੀ ਦਲ ਦੇ ਵੱਡੇ ਲੀਡਰ ਮਤਲਬ ਪ੍ਰਕਾਸ਼ ਸਿੰਘ ਬਾਦਲ ਤੇ ਜਥੇਦਾਰ ਗੁਰਚੰਦ ਸਿੰਘ ਟੋੜਾ ਵਿਚਕਾਰ ਕਿਉਂ ਵਿਗੜੀ ਕਿਹੜੇ ਕਾਰਨਾ ਕਰਕੇ ਵਿਗੜੀ ਕਿਹੜੀ ਵੱਡੀ ਜਥੇਦਾਰ ਗੁਰਚੰਦ ਸਿੰਘ ਟੋੜਾ ਹੋਣਾ ਨੇ ਭੁੱਲ ਕੀਤੀ ਸੀ ਕਿ ਉਸ ਭੁੱਲ ਦੀ ਸਜ਼ਾ ਬਾਅਦ ਉਹਨਾਂ ਜਥੇਦਾਰ ਗੁਰਚੰਦ ਸਿੰਘ ਟੋੜਾ ਹੋਣਾਂ ਨੇ ਆਪ ਵੀ ਭੁਗਤੀ ਪ੍ਰਕਾਸ਼ ਸਿੰਘ ਬਾਦਲ ਨੇ ਵੀ ਆਪ ਭੁਗਤੀ ਤੇ ਸ਼੍ਰੋਮਣੀ ਕਾਲੀ ਦਲ ਨੇ ਵੀ ਆਪ ਭੁਗਤੀ ਪਰ ਉਦੋਂ ਤੱਕ ਤੁਹਾਨੂੰ ਇਸੇ ਤਰ੍ਹਾਂ ਹੀ ਦੇਖਣਾ ਪਊਗਾ ABC ਪੰਜਾਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ